ਕਿ ਦਾ ਕੈਦਾ ਪੜ ਕੇ ਮੇਰੇ ਤੇ ਰੰਗਬਾਜ਼ੀ ਦਾ ਅਸਰ ਪਾਉਣ ਲੱਗਾ ਸੈਂ। ਮੈਂ ਤੇ ਉਸ ਗੁਰੂ ਦਾ ਚੇਲਾ ਵਾਂ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਨਾਜ਼ਰੀਨ, ਤਾਰੀਫ ਉਹ ਜਿਹੜੀ ਦੁਸ਼ਮਣ ਵੀ ਕਰੇ ਕਿ ਸੁਲਤਾਨੀ ਐਸਾ ਐਕਟਰ ਸੀ, ਸੁਲਤਾਨੀ ਐਸਾ ਅਦਾਕਾਰ ਸੀ ਕਿ ਉਹਦੀ ਫੈਨ ਫੋਲੋਇੰਗ ਜਿਹੜੀ ਸੀ ਉਹ ਨਾ ਸਿਰਫ ਪਾਕਿਸਤਾਨ ਦੇ ਚੱਪੇ ਚੱਪੇ 'ਚ ਤੇ ਲੋਕ ਉਹਨੂੰ ਪਸੰਦ ਕਰਦੇ ਸਨ, ਬਲਕਿ ਇੰਡੀਆ ਦੇ ਵੀ ਕਈ ਐਕਟਰ ਸੁਲਤਾਨ ਰਾਏ ਦੇ ਫੈਨ ਸਨ। ਔਰ ਸੁਲਤਾਨ ਰਾਏ ਦੇ ਕੰਮ ਨੂੰ ਕਾਪੀ ਕਰਕੇ ਉਹ ਫਖਰ ਮਹਿਸੂਸ ਕਰਦੇ ਸਨ ਔਰ ਇਹਦਾ ਭਰਮਲਾ ਇਜ਼ਹਾਰ ਵੀ ਕਰਦੇ ਸਨ। ਧਰਮਿੰਦਰ ਕਹਿੰਦਾ ਸੀ ਕਿ ਜਿਹੜਾ ਸੁਲਤਾਨ ਰਾਏ ਉਹ ਆਪਣੀ ਫੀਲਡ ਦਾ ਸ਼ਹਿਨਸ਼ਾਹ ਹੋਵੇ। ਅਤੇ ਮੈਂ ਸੁਲਤਾਨ ਰਾਏ ਦੀਆਂ ਬਹੁਤ ਸਾਰੀਆਂ ਫਿਲਮਾਂ ਵੇਖੀਆਂ ਔਰ ਬਕਾਇਦਾ ਉਹ ਕਹਿੰਦਾ ਵੀ ਸੀ ਕਿ ਮੌਲਾ ਜੱਟ ਨੂੰ ਮੈਂ ਕਾਪੀ ਕੀਤਾ ਔਰ ਮੈਂ ਸੁਲਤਾਨ ਰਾਏ ਬਣਨ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਨਾਕਾਮ ਹੋਇਆ ਜਾਂ ਕਾਮਯਾਬ ਹੋਇਆ। ਪਰ ਉਹ ਧਰਮਿੰਦਰ ਸੁਲਤਾਨ ਰਾਏ ਜੈਸੀ ਐਕਟਿੰਗ ਨਹੀਂ ਕਰ ਸਕਿਆ। ਅਮਿਤਾਭ ਬੱਚਨ ਜਿਹੜਾ ਕਿ ਇੰਡੀਆ ਦੇ ਵਿੱਚ ਸੁਪਰ ਸਟਾਰ ਸੀ ਔਰ ਉਸਨੇ ਬਹੁਤ ਸਾਰਾ ਅਰਸਾ ਫਿਲਮ ਇੰਡਸਟਰੀ 'ਤੇ ਰਾਜ ਕੀਤਾ, ਉਹ ਆਪਣੇ ਬਾਰੇ 'ਚ ਕਹਿੰਦਾ ਕਿ ਮੇਰਾ ਜਿਹੜਾ ਕੈਰੀਅਰ ਸੀ, ਮੇਰਾ ਜਿਹੜਾ ਅਰੂਜ ਸੀ ਉਹ 10 ਸਾਲ ਸੀ। ਲੇਕਿਨ ਸੁਲਤਾਨ ਰਾਏ ਦੁਨੀਆ ਦਾ ਵਾਹਿਦ ਐਕਟਰ ਹੈ ਜਿਸਦਾ ਅਰੂਜ ਪੂਰੀ ਜ਼ਿੰਦਗੀ ਰਿਹਾ ਔਰ ਆਪਣੇ ਮਰਨ ਤੱਕ ਉਸਨੇ ਫਿਲਮ ਇੰਡਸਟਰੀ ਦੇ ਉੱਤੇ ਰਾਜ ਕੀਤਾ ਔਰ ਇਹ ਅਰਸਾ ਕਮੋ ਪੇਸ਼ 30 ਸਾਲ ਤੱਕ ਉਸਨੇ ਇੰਡਸਟਰੀ 'ਤੇ ਰਾਜ ਕੀਤਾ। ਜਦਕਿ ਅਨੁਪਮ ਖੇਰ ਇਹ ਕਹਿੰਦਾ ਸੀ ਕਿ ਸੁਲਤਾਨ ਰਾਏ ਫਨ ਦਾ ਬਾਦਸ਼ਾਹ ਸੀ ਔਰ ਸੁਲਤਾਨ ਰਾਏ ਐਸਾ ਐਕਟਰ ਸੀ ਜਿਹੜਾ ਜਿਤਨਾ ਅਰਸਾ ਇੰਡਸਟਰੀ ਰਿਹਾ ਉਸਨੇ ਰਾਜ ਕੀਤਾ ਔਰ ਸੁਲਤਾਨ ਰਾਏ ਮਰਦੇ ਦਮ ਤੱਕ ਇੰਡਸਟਰੀ 'ਤੇ ਛਾਇਆ ਰਿਹਾ। ਰੇਖਾ ਨੇ ਸੁਲਤਾਨ ਰਾਏ ਦੇ ਕਤਲ ਦੇ ਬਾਰੇ 'ਚ ਜਦੋਂ ਸੁਲਤਾਨ ਰਾਏ ਨੂੰ ਕਤਲ ਕੀਤਾ ਗਿਆ ਤਾਂ ਰੇਖਾ ਨੇ ਇਹ ਤਾਸਰਾਤ ਬਿਆਨ ਕਰਦੇ ਹੋ ਕਿਹਾ ਹੈ ਕਿ ਅੱਜ ਬਰੇਸਗੀਰ ਦਾ ਨਾ ਸਿਰਫ ਪਾਕਿਸਤਾਨੀ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਲਕਿ ਬਰੇਸਗੀਰ ਇੰਡਸਟਰੀ ਜਿਹੜੀ ਹੈ, ਪਾਕ ਹਿੰਦੀ ਜਿਹੜੀ ਫਿਲਮ ਇੰਡਸਟਰੀ ਹੈ, ਔਰ ਬਰੇਸਗੀਰ ਦਾ ਇੱਕ ਅਜ਼ੀਮ ਐਕਟਰ ਦੁਨੀਆ ਤੋਂ ਚਲਾ ਗਿਆ। ਮੈਂ ਸਮਝਿਆ ਕਿ ਬਹੁਤ ਵੱਡੀ ਗੱਲ ਹੈ ਜਦੋਂ ਤੁਹਾਡੇ ਹਰੀਫ ਜਾਂ ਤੁਹਾਡੇ ਨਾਲ ਚੱਲਣ ਵਾਲੇ ਤੁਹਾਡੇ ਕੰਮ ਦੀ ਤਾਰੀਫ ਕਰਦੇ ਨੇ, ਅਤੇ ਬੜਾ ਜ਼ਬਰਦਸਤ ਲੱਗਦਾ ਔਰ ਬੜਾ ਮਜ਼ਾ ਆਉਂਦਾ। ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।